ਤੇ ਦੋਸਤੋ ਇਹ ਮਹਾਸਭਾ ਜਿਹੜੀ ਹੈਗੀ ਆ ਦੀਵਾਲੀ ਨੂੰ ਮੁੱਖ ਰੱਖਦਿਆਂ ਹੋਇਆਂ ਕਿਉਂਕਿ ਦੀਵਾਲੀ ਇੱਕ ਪਵਿੱਤਰ ਤਿਉਹਾਰ ਆ ਇੱਕ ਆਪਾਂ ਕਹਿ ਲਈਏ ਕਿ ਰੋਸ਼ਨੀ ਦਾ ਪ੍ਰਤੀਕ ਲੈ ਕੇ ਆਉਂਦੀ ਆ ਅਤੇ ਰੋਸ਼ਨੀ ਦਾ ਜਿਹੜਾ ਆਪਾਂ ਕਹਿ ਲਈਏ ਚਾਰ ਚੁਫੇਰੇ ਰੋਸ਼ਨੀ ਫੈਲਦੀ ਆ ਅਤੇ ਰੋਸ਼ਨੀ ਜਿਹੜੀ ਆ ਉਹ ਪਿਆਰ ਦੀ ਹਰ ਪਾਸੇ ਵਿਖਰਨੀ ਚਾਹੀਦੀ ਆ ਅਤੇ ਇਸੇ ਤਿਉਹਾਰ ਨੂੰ ਮੁੱਖ ਰੱਖਦਿਆਂ ਇਹ ਮਹਾਸਭਾ ਜਿਹੜੀ ਆ ਰੱਖੀ ਗਈ ਆ ਅਤੇ ਚੱਲਾਂਗੇ ਅੰਦਰ ਗੱਲਬਾਤ ਕਰਾਂਗੇ ਅਤੇ ਨਾਲ ਦੀ ਨਾਲ ਸਾਡੇ ਨਾਲ ਪੁਰਸ਼ੋਤਮ ਖਲੀਫਾ ਜੀ ਵੀ ਹਾਂਜੀ ਪੁਰਸ਼ੋਤਮ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਅੱਜ ਜਿਹੜਾ ਪ੍ਰੋਗਰਾਮ ਹੈਗਾ ਆ ਪਹਿਲਾਂ ਤਾਂ ਇਹਦੇ ਬਾਰੇ ਥੋੜ੍ਹੀ ਸਾਨੂੰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਕਿ ਇਹਦਾ ਮੁੱਖ ਜਿਹੜਾ ਮਕਸਦ ਕੀ ਆ ਜਿੰਦੀ ਜੀ ਇਸਦਾ ਮੁੱਖ ਏਜੰਡਾ ਹੈ ਕਿ ਸਾਡੇ ਜਿਹੜੇ ਹਿੰਦੂ ਪਰਿਵਾਰ ਨੇ ਜਿਨ੍ਹਾਂ ਵਿੱਚ ਅਗਰਵਾਲ ਆਉਂਦੇ ਨੇ ਅਰੋੜੇ ਆਉਂਦੇ ਨੇ ਖੱਤਰੀ ਆਉਂਦੇ ਨੇ ਹੋਰ ਸਾਰੀਆਂ ਜਾਤੀਆਂ ਕਾਫੀ ਆਉਂਦੀਆਂ ਨੇ ਇਹ ਵਿਖਰੇ ਦੇ ਪਏ ਨੇ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਦੇ ਨੇ ਅਤੇ ਇਹਨਾਂ ਨੂੰ ਬੂਸਟ ਕਰਨ ਲਈ ਇੱਕ ਦੀਵਾਲੀ ਮਿਲਣ 'ਤੇ ਪ੍ਰੀਤੀ ਭੋਜ ਰੱਖਿਆ ਸੀ ਔਰ ਇਸ ਭੋਜ ਦੇ ਵਿੱਚ ਸਾਰਿਆਂ ਨੂੰ ਸਾਂਝੇ ਤੌਰ 'ਤੇ ਇਕੱਠਾ ਕੀਤਾ ਸਾਡਾ ਮੰਤਵ ਹੈ ਕਿ ਸਮਾਜ ਲਈ ਔਰ ਦੇਸ਼ ਲਈ ਚੰਗੇ ਕੰਮ ਕਰੀਏ ਔਰ ਦੇਸ਼ ਦੇ ਸੰਵਿਧਾਨ ਤੋਂ ਬਾਹਰ ਜਾ ਕੇ ਕੋਈ ਕੰਮ ਨਾ ਕਰੇ ਇਹ ਸਾਡੀ ਅਪੀਲ ਆ ਔਰ ਸੋਚ ਆ ਔਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਸਾਰੇ ਇਕੱਠੇ ਹੋਈਏ ਤਕੜੇ ਹੋਈਏ ਪੰਜਾਬ ਦਾ ਹਿੰਦੁਸਤਾਨ ਦਾ ਨਾਮ ਰੋਸ਼ਨ ਕਰ ਸਕੀਏ ਇਹ ਸਾਡੀ ਵਿਚਾਰ ਆ ਕਿ ਅੱਜ ਧਰਮਾਂ ਦੇ ਨਾਂ 'ਤੇ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਉਹਨਾਂ ਨੂੰ ਰੋਕਣ ਲਈ ਵੀ ਵਿਚਾਰ ਆ ਵੀ ਸਾਨੂੰ ਸਮਾਜਿਕ ਹੋਣਾ ਚਾਹੀਦਾ ਸਾਨੂੰ ਲੜਾਕੇ ਨਹੀਂ ਹੋਣਾ ਚਾਹੀਦਾ ਧਰਮ ਦੇ ਨਾਮ 'ਤੇ ਸਾਨੂੰ ਜੈ ਜੈਕਾਰ ਕਰਨੀ ਚਾਹੀਦੀ ਆ ਹੋਰ ਸਾਨੂੰ ਕੋਈ ਕ੍ਰਿਤੀ ਨਹੀਂ ਕਰਨੀ ਚਾਹੀਦੀ ਅਜਿਹੀ ਸਾਡੀ ਸੋਚ ਆ ਜੀ ਅਤੇ ਇਹ ਜਿੱਦਾਂ ਸਿਰਫ ਹਿੰਦੂ ਧਰਮ ਦੇ ਹੀ ਲੋਕ ਆਉਣਗੇ ਕਿ ਜੇ ਵੱਖ ਵੱਖ ਧਰਮਾਂ ਦੇ ਵੀ ਤੁਸੀਂ ਇਨਵਾਈਟ ਕੀਤੇ ਹੋਏ ਆ ਕਿਉਂਕਿ ਆਪਾਂ ਜੇ ਇੱਕ ਗੱਲ ਕਰੀਏ ਕਿ ਇੱਕ ਸਮਾਜ ਬਣਾਉਣਾ ਜਾਂ ਵਧੀਆ ਤਾਂ ਆਪਾਂ ਹਰ ਇੱਕ ਧਰਮ ਅਤੇ ਹਰ ਇੱਕ ਵਰਗ ਦੇ ਜਿੱਦਾਂ ਲੋਕਾਂ ਨੂੰ ਮਿਲ ਕੇ ਤੁਰਨਾ ਚਾਹੀਦਾ ਆ ਜੀ 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 ਬਿਲਕੁਲ ਸਹੀ ਗੱਲ ਕਹੀ ਤੁਸੀਂ ਇਹ ਪਹਿਲੇ ਤਾਂ ਸਾਡਾ ਪਰਿਵਾਰ ਹੀ ਨਹੀਂ ਇਕੱਠਾ ਹੋ ਰਿਹਾ ਸੀਗਾ ਪਹਿਲੇ ਤਾਂ ਅੱਜ ਤੱਕ ਇੰਨੇ ਲੋਕ ਇਸ ਤਰ੍ਹਾਂ ਇਕੱਠੇ ਨਹੀਂ ਹੋਏ ਬ੍ਰਾਹਮਣ ਛੱਤਰੀ ਕਛੱਤਰੀ ਅਰੋੜੇ ਜਿਹੜੇ ਹੋਰ ਐਸੀ ਕੈਟਾਗਰੀਜ਼ ਨੇ ਸਾਰੇ ਇਹ ਹਿੰਦੂ ਨੇ ਅਸੀਂ ਇਹ ਚਾਹੁੰਦੇ ਵੀ ਇਕੱਠੇ ਹੋਣ ਤੋਂ ਬਾਅਦ ਫਿਰ ਸਾਰੇ ਧਰਮਾਂ ਦੇ ਵਿੱਚ ਜਿਹੜੇ ਵਰਗ ਹੈਗਾ ਜਿਵੇਂ ਕਿ ਗੁਰੂ ਨਾਨਕ ਸਾਹਿਬ ਦਾ ਇੱਕ ਵਾਕ ਵੀ ਹੈਗਾ ਇਹ ਕਾਨੂੰਨ ਸਭ ਜਗ ਉਪਜਿਆ ਕੌਣੋ ਕੌਣ ਭਲੇ ਪਊ ਕੋ ਮੰਦੇ ਨੂੰ ਮੁੱਖ ਰੱਖ ਕੇ ਅਸੀਂ ਇਸ ਜਾਵਾਂਗੇ ਔਰ ਚੰਗੀ ਸੋਚ ਲੈ ਕੇ ਆਵਾਂਗੇ ਚਲੋ ਆਲ ਦਾ ਬੈਸਟ ਅਤੇ ਦੇਖਦੇ ਹਾਂ ਅੱਜ ਦੋਸਤੋ ਤੁਹਾਨੂੰ ਵੀ ਸ਼ੇਅਰ ਕਰਾਂਗੇ ਅੱਜ ਦੀਆਂ ਇੱਥੋਂ ਲਾਈਵ ਤਸਵੀਰਾਂ ਦੀਆਂ ਝਲਕੀਆਂ ਕਿ ਇਹ ਜਿਹੜਾ ਮਹਾਸਭਾ ਹਿੰਦੂ ਧਰਮ ਨੂੰ ਲੈ ਕੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦੇ ਹਾਂ ਇਹ ਕੀਤੀ ਹੈ ਚੱਲਦੇ ਹਾਂ ਅੰਦਰ ਅਤੇ ਨਾਲ ਦੀ ਨਾਲ ਤੁਹਾਡੇ ਨਾਲ ਕਰਦੇ ਹਾਂ ਤਸਵੀਰਾਂ ਅੱਜ ਦੀਆਂ ਸਾਂਝੀਆਂ ਆ ਜਾਓ ਦੋਸਤੋ ਇਹ ਪਰਮਾਨੰਦ ਇਹ ਪਰਮੇਸ਼ਵਰ ਮੈਨੂੰ ਜਨਮ ਦੇ ਜੋ ਤੇਰਾ ਹੁਕਮ ਹੋਵੇਗਾ ਜੋ ਤੇਰੀ ਗੱਲ ਹੋਵੇਗੀ ਉਹ ਮੈਂ ਮੰਨਾਂਗਾ ਜੇ ਅਕਾਲ ਪੁਰਖ ਤੁਸੀਂ ਧੁੱਪੇ ਬਿਠਾਓਗੇ ਮੈਂ ਤਾਂ ਵੀ ਖੁਸ਼ ਰਹਾਂਗਾ ਜੇ ਛਾਵੇਂ ਬਿਠਾਓਗੇ ਮੈਂ ਤਾਂ ਵੀ ਖੁਸ਼ ਰਹਾਂਗਾ ਜਨਮ ਲਿਆ ਰਿਆੜ ਕੀਤੀ ਚੀਕ ਮਾਰੀ ਜਿਸ ਮਾਂ ਨੇ ਜਨਮ ਦਿੱਤਾ ਉਸਦੇ ਵੀ ਲੱਤਾਂ ਮਾਰੀਆਂ ਬਾਹਾਂ ਮਾਰੀਆਂ ਆਖਿਰਕਾਰ ਆ ਕੇ ਸਾਨੂੰ ਸਾਰਿਆਂ ਨੂੰ ਪਤਾ ਕਿ ਮਾਂ ਕੀ ਕਰਦੀ ਹੈ ਉਸਦਾ ਜਰਨੈਲ ਪਿੱਛੇ ਨੂੰ ਹਟ ਜਾਵੇ ਤਾਂ ਸੋਲਜਰ ਦਾ ਹੌਸਲਾ ਟੁੱਟ ਜਾਂਦਾ ਹੈ ਜੇ ਸੋਲਜਰ ਪਿੱਛੇ ਨੂੰ ਮੁੜਿਆ ਵੇ ਤਾਂ ਜਰਨੈਲ ਅੱਗੇ ਨੂੰ ਨਹੀਂ ਵੱਧ ਸਕਦਾ ਤਾਂ ਦੋਨੋਂ ਹੀ ਢੇਰੀ ਹੋ ਜਾਂਦੇ ਨੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਸਾਡਾ ਇਹ ਪਲੇਠਾ ਪ੍ਰੋਗਰਾਮ ਹੈ ਬਹੁਤ ਸਾਰੇ ਦੋਸਤਾਂ ਤੇ ਮਿੱਤਰਾਂ ਦੇ ਵਿਚਕਾਰ ਬਲਬਲੇ ਹਨ ਉਹ ਕੱਢਣਾ ਚਾਹੁੰਦੇ ਹਨ ਆਪਣਾ ਜੋਸ਼ ਬਹੁਤ ਸਾਰੇ ਧਰਮ ਹਨ ਹਿੰਦੁਸਤਾਨ ਦੀ ਧਰਤੀ ਤੇ ਬਹੁਤ ਸਾਰੀਆਂ ਭਾਸ਼ਾਵਾਂ ਹਨ ਮੇਰਾ ਖਿਆਲ ਹੈ ਬਹੁਤ ਸਾਰੇ ਲੋਕਾਂ ਨੂੰ ਜਿੱਥੇ ਉਹ ਰਹਿੰਦਾ ਜੇ ਕੰਨੜ ਰਹਿੰਦਾ ਕੰਨੜ ਬੰਗਾਲੀ ਰਹਿੰਦਾ ਬੰਗਲੂ ਗੁਜਰਾਤੀ ਹੈ ਗੁਜਰਾਤੀ ਬਿਹਾਰੀ ਹੈ ਬਿਹਾਰੀ ਪੰਜਾਬੀ ਹੈ ਪੰਜਾਬੀ ਹਰਿਆਣਵੀ ਹੈ ਹਰਿਆਣਵੀ ਆਸਾਮੀ ਹੈ ਆਸਾਮੀ ਉਹ ਭਾਸ਼ਾ ਬੋਲ ਸਕਦਾ ਰਾਜਸਥਾਨੀ ਹੈ ਰਾਜਸਥਾਨੀ ਭਾਸ਼ਾ ਬੋਲ ਸਕਦਾ ਜੇ ਇੱਕ ਸੂਬੇ ਤੋਂ ਦੂਸਰੇ ਸੂਬੇ ਦੇ ਕੋਨੇ 'ਚ ਜਾਣਾ ਪਵੇ ਇਲ ਤੇ ਕੱਕੜ ਨਹੀਂ ਪਤਾ ਉਹਨੂੰ ਚਾਹੇ ਜੈ ਸ਼੍ਰੀ ਰਾਮ ਕਰੀ ਜਾਓ ਚਾਹੇ ਵਾਹਿਗੁਰੂ ਕਹੀ ਜਾਓ ਚਾਹੇ ਕਿਸੇ ਗੁਰੂ ਬਾਰਾ ਦਾ ਨਾਰਾ ਲਾਈ ਜਾਓ ਸਾਨੂੰ ਸਾਰੀਆਂ ਗੱਲਾਂ ਨੂੰ ਸਮਝਣਾ ਪਵੇਗਾ ਸਾਨੂੰ ਹਰ ਗੱਲ ਦੇ ਉੱਪਰ ਪਹਿਰਾ ਦੇਣਾ ਪਵੇਗਾ ਫਿਰ ਸਾਡਾ ਏਕਾ ਫਿਰ ਸਾਡੀ ਕਾਮਯਾਬੀ ਝਲਕੇਗੀ